ਸੁਖਬੀਰ ਸਿੰਘ ਬਾਦਲ ਕਿਤੇ ਮਾਫੀ ਨਹੀਂ ਮੰਗੂਗਾ। ਬੜੀ ਸ਼ਰਮ ਦੀ ਗੱਲ ਹੈ ਉਸ ਇਨਸਾਨ ਦੀ ਜਿਹੜੀ ਆਪਣੀ ਦਸਤਾਰ ਜਿਹੜੀ ਗੁਰੂ ਸਾਹਿਬ ਦੀ ਦਸਤਾਰ ਨਾਲ ਉਹ ਬੁੱਤ ਨੂੰ ਸਾਫ਼ ਕੀਤਾ ਗਿਆ ਜਿਹਨੇ ਜਿਹੜਾ ਖੂਨੀ ਬੁੱਤ ਹੈ। ਕਾਂਗਰਸ ਦੇ ਐਮ ਐਲ ਏ ਇਹਨਾਂ ਨੇ 10-10, 15-15 ਲੱਖ ਰੁਪਇਆ ਲੈ ਕੇ ਸਰਪੰਚ ਬਣਾਏ ਆ। ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਗੁਰਦਾਸਪੁਰ 'ਚ 3 ਜਨਵਰੀ ਨੂੰ ਰੈਲੀ ਕਰਨ ਆ ਰਹੇ ਨੇ, ਜਿਸ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਇਸ ਰੈਲੀ ਨੂੰ ਸਫਲ ਬਣਾਉਣ ਦੇ ਮਕਸਦ ਨਾਲ ਵਿਸ਼ੇਸ਼ ਮੀਟਿੰਗ ਕੀਤੀ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੁਖਬੀਰ ਬਾਦਲ ਨੇ ਕਿਹਾ ਕਿ ਇਸ ਰੈਲੀ 'ਚ ਅਕਾਲੀ ਦਲ ਵੱਧ ਚੜ੍ਹ ਕੇ ਹਿੱਸਾ ਲੈਣਗੇ। ਉੱਥੇ ਹੀ ਉਹਨਾਂ ਨੇ ਰਾਜੀਵ ਗਾਂਧੀ ਦੇ ਬੁੱਤ ਨੂੰ ਪੱਗ ਨਾਲ ਸਾਫ਼ ਕਰਨ ਵਾਲੇ ਕਾਂਗਰਸੀ ਵਰਕਰ ਦੀ ਰੱਜ ਕੇ ਨਿੰਦਿਆ ਕੀਤੀ। ਅੱਜ ਮੀਟਿੰਗ ਜਿਹੜੇ ਪ੍ਰਧਾਨ ਮੰਤਰੀ ਸਾਹਿਬ 3 ਤਰੀਕ ਨੂੰ ਇੱਥੇ ਆ ਰਹੇ ਹੈ, ਉਹਦੇ ਸੰਬੰਧ ਵਿੱਚ ਪਾਰਟੀ ਵਰਕਰ ਦੀ ਮੀਟਿੰਗ ਹੈ। ਸਰ, ਜਿਹੜਾ ਲੁਧਿਆਣੇ ਵਿੱਚ ਕੱਲ ਕਾਂਗਰਸ ਕੀਤੀ ਗਈ, ਉਸ ਤੋਂ ਬਾਅਦ ਪਗੜੀ ਨਾਲ ਉਹ ਸਾਫ਼ ਕੀਤੀ ਗਈ, ਕੀ ਕਹਿਣਾ ਚਾਹੋਗੇ? ਮੈਂ ਕਹਿੰਦਾ ਕਿ ਬੜੀ ਸ਼ਰਮ ਦੀ ਗੱਲ ਹੈ ਉਸ ਇਨਸਾਨ ਦੀ ਜਿਹੜੀ ਆਪਣੀ ਦਸਤਾਰ ਜਿਹੜੀ ਗੁਰੂ ਸਾਹਿਬ ਦੀ ਦਸਤਾਰ ਨਾਲ ਉਹ ਬੁੱਤ ਨੂੰ ਸਾਫ਼ ਕੀਤਾ ਗਿਆ ਜਿਹਨੇ ਜਿਹੜਾ ਖੂਨੀ ਬੁੱਤ ਹੈ, ਜਿਹਨੇ ਹਜ਼ਾਰਾਂ ਸਿੱਖਾਂ ਦਾ ਕਤਲੇਆਮ ਕੀਤਾ। ਮੈਂ ਕਹਿੰਦਾ ਉਸ ਇਨਸਾਨ ਸਿੱਖ ਲੈਣ ਦੇ ਕਾਬਿਲ ਨਹੀਂ। ਮੁਆਫ਼ੀ ਮੰਗਣ ਦੇ ਪੁੱਛੇ ਸਵਾਲ ਤੇ ਸੁਖਬੀਰ ਬਾਦਲ ਗੁੱਸੇ ਵਿੱਚ ਭੜਕ ਉੱਠੇ ਤੇ ਉਹਨਾਂ ਨੇ ਕਿਹਾ ਕਿ ਮੈਂ ਕੋਈ ਵੀ ਮੁਆਫ਼ੀ ਨਹੀਂ ਮੰਗਾਂਗਾ, ਤੇ ਨਾਲ ਹੀ ਉਹਨਾਂ ਨੇ ਕੈਪਟਨ ਸਰਕਾਰ ਤੇ ਵੀ ਤੰਜ ਕਸੇ। ਮੈਂ ਤੁਹਾਨੂੰ ਇੱਕ ਗੱਲ ਦੱਸਾਂ, ਸੁਖਬੀਰ ਸਿੰਘ ਬਾਦਲ ਕਿਤੇ ਮਾਫ਼ੀ ਨਹੀਂ ਮੰਗੂਗਾ। ਉਹ ਲੋਕਾਂ ਨੇ ਕੀ ਕੀਤਾ ਕੀ ਹੈ, ਉਸ ਇਨਸਾਨ ਦੇ ਉੱਤੇ ਕਾਲਸ਼ ਮਾਰੀ ਹੈ ਜਿਹਨੇ ਹਜ਼ਾਰਾਂ ਸਿੱਖ ਭੈਣਾਂ ਭਰਾਵਾਂ ਦਾ ਕਤਲੇਆਮ ਕੀਤਾ। ਮੈਂ ਕੈਪਟਨ ਨੂੰ ਪੁੱਛਣਾ ਚਾਹੁੰਦਾ, ਤੂੰ ਸਿੱਖ ਹੈ ਕਿ ਗਾਂਧੀ ਪਰਿਵਾਰ ਦਾ ਮੈਂਬਰ ਹੈ? ਚੁੱਲ੍ਹਾ ਇੱਕ ਪਾਸੇ ਸਿੱਖ ਕੌਮ ਹੈ, ਇੱਕ ਪਾਸੇ ਗਾਂਧੀ ਪਰਿਵਾਰ ਹੈ। ਫੈਸਲਾ ਕਰ ਲੈ ਕੈਪਟਨ ਕਿਹੜੇ ਪਾਸੇ ਜਾਣਾ ਹੈ, ਕਾਂਗਰਸ ਤਰਫ ਰਹਿਣਾ, ਗਾਂਧੀ ਪਰਿਵਾਰ ਦੀ ਚਮਚੀ ਕਰਨੀ ਹੈ, ਕੌਮ ਨਾਲ ਖੜਨਾ ਹੈ? ਅਸੀਂ ਕੌਮ ਨਾਲ ਹੈ, ਸਾਨੂੰ ਕੋਈ ਪਰਵਾਹ ਗਾਂਧੀ ਪਰਿਵਾਰ ਦੀ ਨਹੀਂ। ਸਾਰੇ ਜਿੰਨੇ ਕਾਂਗਰਸ ਦੇ ਐਮ ਐਲ ਏ ਇਹਨਾਂ ਨੇ 10-10, 15-15 ਲੱਖ ਰੁਪਇਆ ਲੈ ਕੇ ਸਰਪੰਚ ਬਣਾਏ ਆ। ਹਰ ਸਰਪੰਚ ਨੂੰ ਬੁਲਾਇਆ, ਹੁਣ ਕਹਿੰਦੇ ਤੇਰਾ 50 ਲੱਖ ਲੱਗਣਾ ਸੀ, ਤੈਨੂੰ ਮੈਂ ਮੁਫਤ ਬਣਾਉਣ ਲੱਗਿਆ, ਮੈਨੂੰ 15 ਲੱਖ ਰੁਪਇਆ 10 ਲੱਖ ਰੁਪਏ। ਰਾਜੀਵ ਗਾਂਧੀ ਦੇ ਬੁੱਤ ਦੇ ਕਾਲਖ ਮਲਣ ਦਾ ਮਾਮਲਾ ਹੁਣ ਗਰਮਾਉਂਦਾ ਹੀ ਜਾ ਰਿਹਾ। ਉੱਥੇ ਸੁਖਬੀਰ ਬਾਦਲ ਨੇ ਇਸ ਮੁੱਦੇ ਤੇ ਮੁਆਫ਼ੀ ਮੰਗਣ ਤੋਂ ਵੀ ਸਾਫ਼ ਇਨਕਾਰ ਕਰ ਦਿੱਤਾ। ਗੁਰਦਾਸਪੁਰ ਤੋਂ ਸਤਵਿੰਦਰ ਸਿੰਘ ਦੀ ਰਿਪੋਰਟ, ਚੈਨਲ ਪੰਜਾਬ।